ਰੋਟੀ ਵੀ ਆ ਗਈ ਭਾਬੀ ਰਣਜੀਤ ਕੌਰ ਚੁੰਮਿਆਂ ਵਾਲੀ ਨਵੀਂ ਰੈਸਪੀ ਲੈ ਕੇ ਰਸੋਈ ਘਰ ਦੇ ਵਿੱਚ ਅੱਜ ਤੁਹਾਨੂੰ ਬਣਾਉਣਾ ਸਿਖਾਊਗੀ ਸੋਇਆਬੀਨ ਦੇ ਪਨੀਰ ਦੀ ਬਿਰਿਆਨੀ ਕਿੱਦਾਂ ਬਣਦੀ ਆ ਠੀਕ ਹੈ ਨਾ ਅਤੇ ਇੱਧਰ ਦੇਖ ਲਓ ਕਿਹੜਾ ਪਨੀਰ ਲੈ ਕੇ ਆਉਂਦਾ ਸੋਇਆਬੀਨ ਭਿਉਂਤੀ ਹੋਈ ਸੀ ਪਹਿਲਾਂ ਠੀਕ ਹੈ ਨਾ ਨਿਚੋੜ ਕੇ ਰੱਖੀ ਹੋਈ ਆ ਅਤੇ ਟਮਾਟਰ ਹਰੀਆਂ ਮਿਰਚਾਂ ਪਿਆਜ ਅਤੇ ਅੱਧਾ ਕਿਲੋ ਲਏ ਆਪਾਂ ਚੌਲ ਠੀਕ ਹੈ ਨਾ ਆਹ ਦੇਖ ਲਓ ਚੰਗੀ ਤਰ੍ਹਾਂ ਧੋਤੇ ਹੋਏ ਨੇ ਭਿਉਂ ਕੇ ਰੱਖਣੇ ਆ ਪਹਿਲਾਂ ਥੋੜ੍ਹੀ ਦੇਰ ਠੀਕ ਹੈ ਨਾ ਅਤੇ ਦੋ ਕੜਛੀਆਂ ਆਪਾਂ ਪਾਈਆਂ ਤੇਲ ਦੀਆਂ ਠੀਕ ਹੈ ਨਾ ਅਤੇ ਆਲੂ ਆਹ ਪਾਤਾ ਆਪਾਂ ਜੀਰਾ ਠੀਕ ਹੈ ਨਾ ਜੀਰਾ ਹੋ ਗਿਆ ਗਰਮ ਭਾਬੀ ਹੋ ਗਈ ਬੜੀ ਨਰਮ ਠੀਕ ਹੈ ਨਾ ਜਿਹਦੇ ਜਿਹਨੇ ਖਾਣੇ ਆ ਆਹ ਦੇਖ ਲਓ ਕਿਹੜਾ ਵਿੱਚ ਪਾਉਣਾ ਸਭ ਕੁਛ ਪਨੀਰ ਵੀ ਲਓ ਜੀ ਨਾਲ ਹੀ ਭੁੰਨਣਾ ਵਾ ਠੀਕ ਹੈ ਨਾ ਲਓ ਜੀ ਪਤਾ ਕੀ ਗੱਲ ਹੈ ਗਰਮੀ ਬਹੁਤ ਜ਼ਿਆਦਾ ਆ ਮੈਂ ਇਹਨਾਂ ਕਿਹਾ ਮੈਂ ਰੋਟੀ ਰੂਟੀ ਨਹੀਂ ਬਣਾਉਣੀ ਨਾ ਮੈਂ ਸਬਜ਼ੀ ਬਣਾ ਕੇ ਦੇਣੀ ਆ ਜਿਹੜਾ ਜਲਦੀ ਹੋ ਜਾਏ ਨਾ ਅਤੇ ਚੌਲ ਹੀ ਜਲਦੀ ਬਣਦੇ ਹੁੰਦੇ ਆ ਆਪਾਂ ਬਿਰਿਆਨੀ ਬਣਾ ਕੇ ਦਿੰਦੇ ਇਹਨਾਂ ਨੂੰ ਠੀਕ ਹੈ ਨਾ ਕੰਮ ਜਲਦੀ ਹੋ ਜਾਵੇ ਆਪਾਂ ਉਹੀ ਕੰਮ ਕਰਦੇ ਆ ਹਾਂਜੀ ਪਰਬਤ ਕੇ ਪੀਸੇ ਚੰਬੇ ਦਾ ਗਾਂ ਮੈਂ ਦੋ ਪ੍ਰੇਮੀ ਰਹਤੇ ਹੈ ਗਾਂ ਮੈਂ ਦੋ ਪ੍ਰੇਮੀ ਰਹਤੇ ਹੈ ਜਬ ਹਮ ਜਵਾ ਹੋਗੇ ਜਾਣੇ ਕਹਾਂ ਹੋਗੇ ਕਿੱਥੇ ਵੀ ਹੋਵਾਂਗੇ ਪਰ ਹੋਵਾਂਗੇ ਤਾਂ ਅਸੀਂ ਲੁਧਿਆਣੇ ਸੀ ਕਿ ਨਹੀਂ ਹੋਰ ਅਸੀਂ ਕਿੱਥੇ ਜਾਣਾ ਵਾ ਲਓ ਜੀ ਅੱਜ ਭਾਬੀ ਤੁਹਾਡੀ ਬਣਾਉਣ ਜਾ ਰਹੀ ਆ ਪਨੀਰ ਸੋਇਆਬੀਨ ਦੀ ਬਿਰਿਆਨੀ ਦੇਖੋ ਕਿੱਦਾਂ ਬਣਾਉਂਦੀ ਆ ਔਰ ਜਿਸ ਤਰ੍ਹਾਂ ਬਣਾਉਂਦੇ ਹੋ ਤੁਸੀਂ ਇਸ ਤਰ੍ਹਾਂ ਹੀ ਬਣਾਉਣੀ ਆ ਠੀਕ ਆ ਨਾ ਮੈਂ ਕਹਿੰਦਾ ਗਰਮ ਗਰਮ ਮਸਾਲੇ ਪਾਉਣੇ ਆ ਮੈਂ ਕਹਿੰਦਾ ਚੰਗੀ ਤਰ੍ਹਾਂ ਠੀਕ ਹੈ ਨਾ ਫਿਰ ਆਪਾਂ ਬਣਾਉਣੀ ਆ ਸੋਇਆਬੀਨ ਪਨੀਰ ਦੀ ਬਿਰਿਆਨੀ ਜਿਹਨੂੰ ਖਾ ਕੇ ਵੱਡੀਆਂ ਵੱਡੀਆਂ ਮਿਟ ਜਾਣ ਪਰੇਸ਼ਾਨੀ ਵੱਡੀ ਵੱਡੀ ਮਿਟ ਜਾਵੇ ਪਰੇਸ਼ਾਨੀ ਖਾ ਲਓ ਸੋਇਆਬੀਨ ਔਰ ਪਨੀਰ ਦੀ ਬਿਰਿਆਨੀ ਮੈਂ ਕਹਿੰਦਾ ਚੱਕ ਦੋ ਫੱਟੇ ਨੱਪ ਦੋ ਕਿਲੀ ਸੁਬਾਹ ਜਲੰਧਰ ਸ਼ਾਮ ਨੂੰ ਲੁਧਿਆਣੇ ਕਿਹਨੇ ਖਾਣੇ ਆ ਭਾਬੀ ਦੇ ਹੱਥ ਦੇ ਚਾਵਲ ਬਿਰਿਆਨੀ ਤੁਸੀਂ ਸਿੱਧਾ ਲੁਧਿਆਣੇ ਆ ਜਾਓ ਅਤੇ ਮੈਂ ਕਹਿੰਦਾ ਭਾਬੀ ਖੁੱਲ੍ਹੇ ਦੇ ਨਾਲ ਪਨੀਰ ਪਾ ਰਹੀ ਆ ਖੁੱਲ੍ਹੇ ਦੇ ਨਾਲ ਆਪਣਾ ਚਾਵਲ ਬਣਾ ਰਹੀ ਆ ਔਰ ਭਾਬੀ ਤਾਂ ਘੱਟ ਹੀ ਖਾਂਦੀ ਆ ਠੀਕ ਹੈ ਨਾ ਇਹ ਤਾਂ ਮੈਂ ਤਾਂ ਸ਼ਕਤੀ ਹੰਸੀ ਖਾਂਦੇ ਹਾਂ ਅਸੀਂ ਨਹੀਂ ਔਰ ਭਾਬੀ ਖਾਂਦੀ ਆ ਰੋਟੀਆਂ ਨਹੀਂ ਝੂਠ ਬੋਲਦੇ ਆ ਠੀਕ ਹੈ ਨਾ ਇਹਦਾ ਸਾਰੇ ਚਾਵਲ ਮੈਂ ਹੀ ਖਾ ਜਾਣੇ ਆ ਇਹਨਾਂ ਨੂੰ ਲਓ ਜੀ ਤੜਕਾ ਆਪਣਾ ਲਾਲ ਹੋ ਗਿਆ ਠੀਕ ਹੈ ਨਾ ਇਹਨੂੰ ਹਿਲਾਈ ਚੱਲਿਆ ਕਰੋ ਹੋਰ ਨਾ ਥੱਲੇ ਲੱਗ ਜਾਵੇ ਠੀਕ ਹੈ ਨਾ ਅਤੇ ਹੁਣ ਆਪਾਂ ਪਾਉਣ ਲੱਗੇ ਹਾਂ ਲੂਣ ਮਿਰਚ ਅਤੇ ਆਹ ਪਾਤਾ ਆਪਾਂ ਨਮਕ ਛਮਕ ਠੀਕ ਹੈ ਨਾ ਆਪਣੇ ਹਿਸਾਬ ਨਾਲ ਪਾਈ ਚੱਲਿਓ ਅਤੇ ਆਹ ਪਾ ਦੀਆਂ ਆਪਾਂ ਲਾਲ ਮਿਰਚਾਂ ਅਤੇ ਆਹ ਪਾਤਾ ਆਪਾਂ ਗਰਮ ਮਸਾਲਾ ਅਤੇ ਆਹ ਕਾਲੀਆਂ ਮਿਰਚਾਂ ਦਾ ਪਾਊਡਰ ਪਾਤਾ ਠੀਕ ਹੈ ਨਾ ਅਤੇ ਆਹ ਪਾਤੀ ਆਪਾਂ ਹਲਦੀ ਲਓ ਜੀ ਚੰਗੀ ਤਰ੍ਹਾਂ ਇਹਨੂੰ ਹਿਲਾਉਣਾ ਵਾ ਦੇਖ ਲਓ ਕਿਹੜਾ ਠੀਕ ਹੈ ਨਾ ਲਓ ਜੀ ਹਾਏ ਆਉਂਦੀ ਹੈ ਨਾ ਖੁਸ਼ਬੂ ਹਾਏ ਹਾਏ ਢਾਈ ਗਲਾਸ ਪਾਣੀ ਦੇ ਪਾਉਣੇ ਆ ਠੀਕ ਹੈ ਨਾ ਲਓ ਜੀ ਹਾਂਜੀ ਅੱਧਾ ਕਿਲੋ ਚੌਲਾਂ ਦੇ ਵਿੱਚ ਲੈ ਵੀ ਮੁੰਡੇ ਪਰੇ ਹੋ ਜਾ ਕਰਾਂ ਹਾਂ ਵੇਚਣਾ ਆਣ ਕੇ ਖੜਿਆ ਕਰ ਕਹਿੰਦਾ ਨਾ ਪਤਾ ਕਰਦੀ ਮੈਂ ਤੈਨੂੰ ਪਾਣੀ ਪਿਲਾ ਕੇ ਬਹਿ ਜੂੰਗੀ ਸਬਜ਼ੀ ਚੋਣ ਲੱਗੀ ਇੱਕ ਕੋਠੀ ਬਣਵਾ ਦੇ ਟੈਲੀਵਿਜ਼ਨ ਲਵਾ ਦੇ ਇੱਕ ਕੋਠੀ ਬਣਵਾ ਦੇ ਟੈਲੀਵਿਜ਼ਨ ਲਵਾ ਦੇ ਹਾੜਾ ਤੇਰਾ ਮੇਰਾ ਹੋਣਾ ਨਹੀਂ ਗੁਜ਼ਾਰਾ ਕੇ ਪਿੰਡਾਂ ਵਿੱਚ ਰਹਿਣ ਵਾਲਿਆ ਤੇਰਾ ਮੇਰਾ ਹੋਣਾ ਨਹੀਂ ਗੁਜ਼ਾਰਾ ਵੇ ਪਿੰਡਾਂ ਵਿੱਚ ਰਹਿਣ ਵਾਲਿਆ ਅੱਜ ਤੁਹਾਨੂੰ ਮੈਂ ਆਪਣੇ ਵਿਆਹ ਦੀ ਗੱਲ ਦੱਸ ਰਿਹਾ ਵਾਂ ਕਿਉਂਕਿ ਭਾਬੀ ਜਿਹੜੀ ਵੀ ਆ ਚੌਲ ਠੀਕ ਹੈ ਨਾ ਲਓ ਪਿਆ ਜਿਹੜਾ ਅੱਧਾ ਗਲਾਸ ਆਪਾਂ ਪਾਣੀ ਦਾ ਪਾਉਣਾ ਵਾ ਵਿੱਚ ਹਿਲਾ ਕੇ ਚੌਲ ਜੇ ਨਾ ਵਧੀਆ ਕਰਕੇ ਤੇ ਪਾ ਦਿਓ ਠੀਕ ਹੈ ਨਾ ਹੋਰ ਨਾ ਚੌਲ ਪਤੀਲੇ ਨੂੰ ਲੱਗੇ ਰਹਿਣ ਤੁਹਾਡੇ ਨੂੰ ਲਓ ਜੀ ਆਪਾਂ ਬਿਰਿਆਨੀ ਢੱਕ ਦਈਏ ਠੀਕ ਹੈ ਨਾ ਹੋਰ ਨਾ ਨਿਕਲ ਕੇ ਬਾਹਰ ਭੱਜ ਜਾਵੇ
ਅੱਛਾ ਕਿੱਥੇ ਭੱਜੂਗੀ ਇਹ? ਜੀ ਦਿਓਰਾ ਨਾਨਕ ਦਾ ਆਪਣੇ ਭੱਜੂਗੀ। ਦਿਓਰਾ ਨਾਨਕ ਨੂੰ ਵੀ ਤਾਂ ਖਵਾਉਣੀ ਹੋਈ ਆ ਤੂੰ। ਪਰ ਮੈਂ ਕੀ ਖਵਾਉਂਗੀ? ਨਹੀਂ ਨਹੀਂ ਇੰਨੇ ਨਹੀਂ ਖਾਂਦੇ ਕਿ ਕਿਉਂ ਦਿਓਰ ਅਤੇ ਨਾਨਕ ਤੇਰੇ ਵਾਸਤੇ ਰੱਖਣਗੇ, ਚਾਹੇ ਕੌਲੀ ਕੀ ਚੌਲਾਂ ਦੀ ਰੱਖਣ ਬਿਰਿਆਨੀ ਦੀ। ਕੌਲੀ ਨਾ ਮੇਰਾ ਕੀ ਬਣਨਾ ਮੈਂ? ਅੱਛਾ ਤੰਦੂਰੀ ਫੁਲ ਕੇ ਲਵਾਂਗੇ, ਉਹ ਖਾ ਲਾਂਗੇ। ਇਹ ਚੱਲ ਤੇਰੇ ਦਿਓਰ ਨਾਨਕ ਖਾ ਲੈਣਗੇ ਕਿ ਨਹੀਂ? ਨਹੀਂ ਜੀ ਉਹ ਵੀ ਖਾ ਲੈਣਗੇ, ਮੈਂ ਤਾਂ ਲਾਜ਼ਮੀ ਇਹੀ ਖਾਣੇ, ਮੈਂ ਤਾਂ ਆਪ ਬਣਾਏ ਆ। ਲਓ ਜੀ ਅੱਜ ਮੈਂ ਤੁਹਾਨੂੰ ਰਣਜੀਤ ਕੌਰ ਦਾ ਸੱਚ ਦੱਸਣ ਲੱਗਿਆ ਵਾਂ। ਔਰ ਰਣਜੀਤ ਕੌਰ ਜਿਹੜੀ ਭਾਬੀ ਹੈ ਤੁਹਾਡੀ, ਇਹ ਕੈਨੇਡਾ ਦੀ ਜੰਮਪਲ ਆ ਅਤੇ ਕੈਨੇਡਾ ਦੇ ਵਿੱਚ ਹੀ ਪੜ੍ਹੀ ਲਿਖੀ ਆ ਇਹ। ਔਰ ਇਹਨੇ ਆਪਣੇ ਮਾਤਾ ਪਿਤਾ ਨੂੰ ਆਖਿਆ ਵੀ ਕਹਿਣ ਦੇ ਮਤਲਬ ਵੀ ਮੈਂ ਵਿਆਹ ਪੰਜਾਬ 'ਚ ਕਰਾਉਣਾ ਵਾਂ, ਇੱਕ ਗਰੀਬ ਘਰ 'ਚ ਕਰਾਉਣਾ ਵਾਂ। ਅਤੇ ਇਹਨੇ ਜਦੋਂ ਆਪਣੇ ਮਾਂ ਬਾਪ ਨੂੰ ਕਿਹਾ, ਇਹਦੇ ਮਾਂ ਬਾਪ ਨੇ ਵੀ ਗੱਲ ਮੰਨ ਲਈ, ਫਿਰ ਇਹਨਾਂ ਨੇ ਰਿਸ਼ਤਾ ਵੇਖਿਆ। ਔਰ ਮੈਂ ਬੜਾ ਸੋਹਣਾ ਸੁਨੱਖਾ ਸੀ, ਠੀਕ ਆ ਨਾ, ਅਤੇ ਇਹਦੀ ਨਜ਼ਰ ਮੇਰੇ 'ਤੇ ਪਈ, ਮੇਰੀ ਨਜ਼ਰ ਇਹਦੇ 'ਤੇ ਪਈ, ਸਾਡਾ ਰਿਸ਼ਤਾ ਪੱਕਾ ਹੋ ਗਿਆ। ਔਰ ਕਿੰਨਾ ਚਿਰ ਤਾਂ ਇਹਨੂੰ ਪੰਜਾਬੀ ਚੱਜ ਨਾਲ ਬੋਲਣੀ ਨਹੀਂ ਆਈ, ਠੀਕ ਆ ਨਾ। ਮੇਰੀ ਮਾਂ ਕਹਿੰਦੀ ਤੇਰੀ ਘਰਵਾਲੀ ਭਾਈ ਸਾਰਾ ਦਿਨ ਟਮਾਟਰ ਟਮਾਟਰ ਮੰਗਦੀ ਰਹਿੰਦੀ ਆ। ਮੈਂ ਕਿਹਾ ਮੰਮੀ ਟਮਾਟਰ ਨਹੀਂ ਮੰਗਦੀ ਹੈਗੀ, ਉਹ ਵਾਟਰ ਮੰਗਦੀ ਆ, ਵਾਟਰ ਉਹ ਪਾਣੀ ਨੂੰ ਕਹਿੰਦੇ ਆ, ਇਹਨੂੰ ਪਾਣੀ ਦੇ ਦਿਆ ਕਰ ਅਤੇ ਪਾਣੀ ਪੀਆ ਕਰੂਗੀ, ਠੀਕ ਆ ਨਾ। ਅਤੇ ਬਾਈ ਇਹਦੀ ਗੱਲਬਾਤ ਮੇਰੀ ਮਾਂ ਨੂੰ ਸਮਝ ਨਹੀਂ ਸੀ ਆਉਂਦੀ, ਔਰ ਮਾਂ ਦੀ ਗੱਲਬਾਤ ਇਹਨੂੰ ਨਹੀਂ ਸੀ ਸਮਝ ਆਉਂਦੀ। ਫਿਰ ਅਸੀਂ ਕਹਿੰਦੇ ਮੈਂ ਪੰਜਾਬੀ ਅਤੇ ਟਿਊਸ਼ਨ ਰਖਾਇਆ ਇਹਦਾ, ਠੀਕ ਆ ਨਾ, ਔਰ ਪੰਜਾਬੀ ਸਿੱਖੀ, ਔਰ ਪੰਜਾਬੀ ਜਿਹੜਾ ਸਰ ਸੀ ਇਹਨੂੰ ਟਿਊਸ਼ਨ ਸਿਖਾਉਣ ਆਉਂਦਾ ਸੀ ਕਿ ਨਹੀਂ। ਅਤੇ ਹੁਣ ਇਹ ਚੰਗੀ ਭਲੀ ਪੰਜਾਬੀ ਬੋਲ ਲੈਂਦੀ ਆ, ਪਰ ਹੁਣ ਵੀ ਇਹ ਕੁਛ ਦੇਰ ਕੈਨੇਡਾ ਰਹਿੰਦੀ ਆ ਔਰ ਕੁਛ ਦੇਰ ਸਾਡੇ ਕੋਲ ਆ ਜਾਂਦੀ ਆ, ਪਰ ਮੈਨੂੰ ਕੈਨੇਡਾ ਦਾ ਮੂੰਹ ਨਹੀਂ ਦਿਖਾਇਆ ਨੇ ਅੱਜ ਤੱਕ, ਠੀਕ ਆ ਨਾ। ਲਓ ਜੀ ਡੰਡੀ ਨਾ ਹਿਲਾਉਣੀ ਆ ਬਿਰਿਆਨੀ, ਠੀਕ ਆ ਨਾ। ਹਾਂ ਫਿਰ ਇਕੱਲੇ ਇਕੱਲੇ ਹੋ ਜਾਂਦੀ ਆ ਚੌਲ, ਠੀਕ ਆ ਨਾ। ਲਓ ਜੀ ਦੇਖ ਲਓ ਕਿੰਨੇ ਟੇਸਟੀ ਲੱਗਦੇ ਆ। ਓਏ ਮੁੱਝ ਪਾਣੀ ਆਉਣ ਲੱਗ ਗਿਆ। ਹਾਂ ਪਰ ਹੋ ਫਿਰ ਮੇਰੇ ਤਾਂ ਬੱਚੇ ਵੀ ਇਹੋ ਜਿਹੇ ਨੇ, ਠੀਕ ਆ ਨਾ, ਕੋਈ ਦਾਲ ਸਬਜ਼ੀ ਦੇਖਦੇ ਨੇ ਜਿਹੜੀ ਕਹਿ ਦਿੰਦੇ ਨੇ ਹਾਏ ਮੰਮੀ ਨੇ ਕਿੰਨਾ ਸਵਾਦ ਬਣਾਈ ਆ ਸਬਜ਼ੀ, ਅਜੇ ਖਾਧੀ ਹੁੰਦੀ ਨਹੀਂ ਹੈਗੀ, ਨਾ ਚੌਲ ਖਾਧੇ ਅਜੇ ਤੱਕ। ਉਹਨੂੰ ਕਹੀ ਜਾਂਦੀ ਕਿੰਨੀ ਸਵਾਦ ਬਣਾਈ ਆ ਮੰਮੀ ਨੇ ਬਰੀ। ਡੈਡੀ ਜੇ ਨਹੀਂ ਇੱਦਾਂ ਬੋਲਿਆ ਤਾਂ ਦੇਣੀ ਨਹੀਂ ਹੈਗੀ ਮੰਮੀ ਨੇ ਖਾਣ ਵਾਸਤੇ। ਅੱਛਾ ਤਾਰੀਫ ਕਰਨੀ ਪੈਂਦੀ ਹੈ ਮੰਮੀ। ਹਾਂ ਖਲਾ ਦੇ ਚਮਚੇ ਦੇ ਚੁੱਪ ਕਰਕੇ ਬਹਿ ਜਾ ਕਰ। ਡੈਡੀ ਬਿਓ ਦੇ ਚਮਚਾ ਕਹਿੰਦੀ ਆ। ਅੱਛਾ ਮੰਮੀ ਹੈਗੀ ਤਾਂ ਬਾਗੇ ਪੁਰਾਣੇ ਦੀ ਆ, ਪਰ ਬਾਗੇ ਪੁਰਾਣੇ 'ਚ ਰਹੀ ਨਹੀਂ ਹੈ, ਰਹੀ ਕੈਨੇਡਾ 'ਚ ਹੀ ਹੈ। ਔਰ ਰਣਜੀਤ ਕੌਰ ਦੀ ਇੰਗਲਿਸ਼ ਬਹੁਤ ਹਾਈ ਆ ਔਰ ਵਧੀਆ ਬੋਲਦੀ ਹੈ ਇੰਗਲਿਸ਼ ਕਰਈ। ਲਓ ਜੀ ਬਿਰਿਆਨੀ ਬਣ ਕੇ ਆਪਣੀ ਤਿਆਰ ਹੋ ਗਈ, ਗੈਸ ਕਰਤੀ ਆਪਾਂ ਬੰਦ, ਕੜਛੀ ਦੀ ਡੰਡੀ ਨਾਲ ਹਿਲਾਉਣੀ ਆ, ਠੀਕ ਹੈ ਨਾ ਬਿਰਿਆਨੀ। ਆ ਲਓ ਜੀ ਦੇਖੋ ਜੀ ਇਕੱਲੇ ਇਕੱਲੇ ਚੌਲ ਹੋ ਗਏ ਨਾ। ਲਓ ਜੀ ਆਪਣੀ ਬਿਰਿਆਨੀ ਇਕੱਲੀ ਇਕੱਲੀ ਹੋ ਗਈ ਆ, ਆਏ ਹਾਏ। ਲਓ ਜੀ ਅੱਜ ਭਾਬੀ ਨੇ ਬਣਾਈ ਆ ਸੋਇਆਬੀਨ ਔਰ ਪਨੀਰ ਦੀ ਬਿਰਿਆਨੀ, ਔਰ ਤੁਸੀਂ ਸਾਰਿਆਂ ਨੇ ਘਰ ਦੇ ਵਿੱਚ ਟਰਾਈ ਮਾਰਨੀ ਜਿੰਨਾ ਭਾਬੀ ਨੇ ਬਣਾਈ ਆ, ਠੀਕ ਹੈ ਨਾ। ਬਿਰਿਆਨੀ ਇੱਡਾ ਹੀ ਬਣਾਉਣੀ ਆ, ਔਰ ਸਾਰਿਆਂ ਨੂੰ ਲਵ ਯੂ। ਟਰੱਕ ਭਰ ਕੇ ਹੱਸ ਪਰਿਵਾਰ ਵੱਲੋਂ।